ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਆਂਗਣਵਾੜੀ ਸੁਪਰਵਾਈਜ਼ਰ ਦਾ ਪੇਪਰ ਭਰਿਆ ਹੈ ਉਹਨਾਂ ਦੇ ਮਨ ਦੇ ਵਿੱਚ ਇਹ ਕੁਐਸਚਨ ਹੈ ਕਿ ਪੇਪਰ ਕਦੋਂ ਹੋਏਗਾ ਐਗਜ਼ਾਮ ਡੇਟ ਕਦੋਂ ਆਏਗੀ ਮੈਨੂੰ ਕਾਫੀ ਸਾਰੇ ਮੈਸੇਜ ਆ ਰਹੇ ਆ ਟੈਲੀਗ੍ਰਾਮ ਦੇ ਉੱਤੇ ਕਮੈਂਟ ਵੀ ਕਰ ਰਹੇ ਹੋ ਤੁਸੀਂ ਕਿ ਪੇਪਰ ਦੀ ਡੇਟ ਦੱਸ ਦਿਓ ਕਦੋਂ ਪੇਪਰ ਹੋ ਸਕਦਾ ਇਸ ਵੀਡੀਓ ਵਿੱਚ ਮੈਂ ਸਾਰਾ ਤੁਹਾਨੂੰ ਦੱਸੂਗਾ ਕਿ ਪੇਪਰ ਕਦੋਂ ਹੋ ਸਕਦਾ ਹੈ ਉਸ ਤੋਂ ਪਹਿਲਾਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਲਿਓ ਅਤੇ ਟੈਲੀਗ੍ਰਾਮ ਸਾਰੇ ਜਾਣੇ ਜਰੂਰ ਜੁਆਇਨ ਕਰਿਓ ਟੈਲੀਗ੍ਰਾਮ ਦੇ ਉੱਤੇ ਤੁਹਾਨੂੰ ਅੰਗਨਵਾੜੀ ਦਾ ਸਿਲੇਬਸ ਮਿਲ ਜੇਗਾ ਬਾਕੀ ਹੋਰ ਇੰਪੋਰਟੈਂਟ ਇਨਫੋਰਮੇਸ਼ਨ ਮੈਂ ਸਭ ਤੋਂ ਪਹਿਲਾਂ ਟੈਲੀਗ੍ਰਾਮ ਦੇ ਉੱਤੇ ਪਾਉਣਾ ਹੈ ਸਰਚ ਕਰ ਲਿਓ ਜੀਕੇ ਫੈਕਟਸ ਨੂੰ ਟੈਲੀਗ੍ਰਾਮ ਦੇ ਉੱਤੇ ਜਾਂ ਡਿਸਕ੍ਰਿਪਸ਼ਨ ਵਿੱਚ ਲਿੰਕ ਹੈ ਉੱਥੇ ਜਾ ਕੇ ਵੀ ਤੁਸੀਂ ਲਿੰਕ ਤੋਂ ਵੀ ਜੁਆਇਨ ਕਰ ਸਕਦੇ ਹੋ ਡਾਊਨਲੋਡ ਨਹੀਂ ਕੀਤਾ ਹੋਇਆ ਤਾਂ ਡਾਊਨਲੋਡ ਕਰ ਲਿਓ ਟੈਲੀਗ੍ਰਾਮ ਟੈਲੀਗ੍ਰਾਮ ਜ਼ਰੂਰੀ ਹੈ ਜੇ ਤੁਸੀਂ ਕੋਈ ਵੀ ਪੇਪਰ ਦੇਣਾ ਹੈ ਚਲੋ ਹੁਣ ਆਪਾਂ ਮੁੱਦੇ ਦੀ ਗੱਲ ਕਰਦੇ ਹਾਂ ਕਿ ਪੇਪਰ ਤੁਹਾਡਾ ਕਦੋਂ ਹੋ ਸਕਦਾ ਹੈ ਪੀਪਰ ਤੁਹਾਨੂੰ ਪਤਾ ਹੀ ਹੈ ਪੀਟ੍ਰੀਪਲਸ ਵੀ ਬੋਰਡ ਨੇ ਲੈਣਾ ਹੈ ਪੀਟ੍ਰੀਪਲਸ ਵੀ ਬੋਰਡ ਨੇ ਹੋਰ ਵੀ ਜਿੰਨੀਆਂ ਜਿੰਨੀਆਂ ਭਾਰਤੀਆਂ ਕੱਢੀਆਂ ਸਨ ਲਗਭਗ ਸਾਰੀਆਂ ਭਾਰਤੀਆਂ ਦੇ ਪੀਪਰ ਲੈ 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 ਪੀਟ੍ਰੀਪਲਸ ਵੀ ਬੋਰਡ ਨੇ ਹੁਣ ਤੱਕ ਅਤੇ ਅਗਨਵਾੜੀ ਸੁਪਰਵਾਈਜ਼ਰ ਦਾ ਜੋ ਪੀਪਰ ਹੈ ਉਸ ਦੀ ਐਗਜ਼ਾਮ ਡੇਟ ਹਲੇ ਤੱਕ ਅਨਾਉਂਸ ਨਹੀਂ ਹੋਈ ਠੀਕ ਹੈ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਇਹ ਪੀਪਰ ਕਦੋਂ ਹੋ ਸਕਦਾ ਹੈ ਪੀਟ੍ਰੀਪਲਸ ਵੀ ਬੋਰਡ ਨੇ ਹੁਣ ਤੱਕ ਕਾਫੀ ਪੇਪਰ ਲੈ ਲਏ ਠੀਕ ਹੈ ਇੱਕ ਦੋ ਪੇਪਰ ਹੀ ਬਚਿਆ ਏ ਆਗਨਵਾੜੀ ਸੁਪਰਵਾਈਜ਼ਰ ਦੀ ਵੱਡੀ ਭਰਤੀ ਹੈ ਠੀਕ ਹੈ ਮਤਲਬ ਜਿਸ ਦੇ ਵਿੱਚ ਜਿਆਦਾ ਕੈਂਡੀਡੇਟਸ ਨਹੀਂ ਪੇਪਰ ਦੇਣਾ ਹੈ ਸੋ ਹੁਣ ਆਗਨਵਾੜੀ ਸੁਪਰਵਾਈਜ਼ਰ ਦੀ ਹੀ ਬਾਧੀ ਹੈ ਕਦੇ ਵੀ ਤੁਹਾਡੀ ਐਗਜ਼ਾਮ ਡੇਟ ਆ ਸਕਦੀ ਹੈ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਦੋਂ ਤੁਹਾਡਾ ਪੇਪਰ ਹੋ ਸਕਦਾ ਹੈ ਹੁਣ ਇਹ ਕਿਹੜਾ ਮਹੀਨਾ ਚੱਲਿਆ ਚੱਲ ਰਿਹਾ ਏ ਅਕਤੂਬਰ ਠੀਕ ਹੈ ਆਪਾਂ ਜੇ ਦੇਖੀਏ ਅਕਤੂਬਰ ਦੇ ਵਿੱਚ ਜ਼ਿਆਦਾਤਰ ਪੇਪਰਾਂ ਜਿਹੜੇ ਤੁਹਾਡੇ ਉਹ ਸੈਟਰਡੇ ਜਾਂ ਸੰਡੇ ਨੂੰ ਹੀ ਹੁੰਨੇ ਆ ਠੀਕ ਹੈ ਹੁਣ ਆਪਾਂ ਜੇ ਦੇਖੀਏ ਕਿਹੜੇ ਕਿਹੜੀ ਡੇਟ ਨੂੰ ਸੈਟਰਡੇ ਤੇ ਸੰਡੇ ਬਣਦਾ ਹੈ 9 ਅਕਤੂਬਰ ਅਤੇ 10 ਅਕਤੂਬਰ ਨੂੰ ਸੈਟਰਡੇ ਸੰਡੇ ਉਸ ਤੋਂ ਬਾਅਦ 16 ਤੇ 17 ਨੂੰ ਸੈਟਰਡੇ ਸੰਡੇ ਅਤੇ 23 ਅਤੇ 24 ਨੂੰ ਸੈਟਰਡੇ ਸੰਡੇ ਬਣਦਾ ਹੈ ਠੀਕ ਹੈ ਮੇਰੇ ਸਾਹ ਨਾਲ ਤੁਹਾਡਾ ਪੇਪਰ ਜੋ ਹੋਏਗਾ 20 ਤਰੀਕ ਦੇ ਆਸ-ਪਾਸ ਹੋਏਗਾ ਮੰਨ ਕੇ ਚੱਲੋ ਕਿ 16 ਜਾਂ 17 ਨੂੰ ਹੋ ਸਕਦਾ ਹੈ ਜਾਂ ਫਿਰ ਉਸ ਤੋਂ ਨੈਕਸਟ ਵੀਕ 23 ਜਾਂ 24 ਨੂੰ ਹੋ ਸਕਦਾ ਹੈ ਸੋ ਇਸਾ ਮਨਨ ਤੁਸੀਂ ਆਪਣੀ ਤਿਆਰੀ ਸ਼ੁਰੂ ਕਰ ਦੋ ਠੀਕ ਹੈ ਅ ਬਹੁਤ ਛੇਤੀ ਤੁਹਾਡੇ ਤੁਹਾਨੂੰ ਡੇਟ ਆਫੀਸ਼ੀਅਲੀ ਪਤਾ ਲੱਗ ਜੇਗੀ ਕਿਉਂਕਿ ਪੀਟਰੀ ਪਲੱਸ ਵੀ ਬੋਰਡ ਨੇ ਹੋਰ ਵੀ ਭਰਤੀ ਕਰਨੀ ਹੈ ਠੀਕ ਹੈ ਕਾਫੀ ਪੋਸਟਾਂ ਹੋਰ ਵੀ ਆਉਣੀਆਂ ਐ ਕਲਰਕਾਂ ਦੀਆਂ ਪੋਸਟ ਆਉਣੀਆਂ ਉਸ ਦਾ ਨੋਟੀਫਿਕੇਸ਼ਨ ਵੀ ਆ ਜਾਣਾ ਸੋ ਇਹ ਇੱਕ ਭਰਤੀ ਵੀ ਕੰਪਲੀਟ ਕਰਨੀ ਐ ਸੋ ਹੁਣ ਅੰਗਨ ਵਾਲੀ ਸੁਪਰਵਾਈਜ਼ਰ ਦੀ ਹੀ ਵਾਰੀ ਐ ਤੁਹਾਡੇ ਕੋਲ ਟਾਈਮ ਬਹੁਤ ਘੱਟ ਹੈ ਸਟੱਡੀ ਕਰਨ ਲਈ ਠੀਕ ਹੈ ਸੋ ਸਾਰੇ ਜਾਣੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਜੋ ਤੁਹਾਡੀ ਮੈਸਟਡੀ ਸ਼ੁਰੂ ਕਰਵਾ ਸਕਾਂ ਜਿੰਨਾ ਤੁਸੀਂ ਸ਼ੇਅਰ ਕਰੋਗੇ ਜਿੰਨੇ ਆਪਣੇ ਨਾਲ ਕੈਂਡੀਡੇਟਸ ਜੁੜਨਗੇ 19ਵੇਂ ਜਲਦੀ ਤੁਹਾਡੀ ਸਟੱਡੀਜ਼ ਪੇਪਰ ਦੀ ਕਰਵਾਉਂਗਾ ਕਿਉਂਕਿ ਬਹੁਤ ਹੀ ਘੱਟ ਸਮਾਂ ਰਹਿ ਗਿਆ ਤੁਹਾਡੇ ਕੋਲ ਠੀਕ ਹੈ ਅ ਟੈਲੀਗ੍ਰਾਮ ਜੁਆਇਨ ਕਰ ਲਿਓ ਟੈਲੀਗ੍ਰਾਮ ਦੇ ਉੱਤੇ ਤੁਸੀਂ ਸਿਲੇਬਸ ਕਿਵੇਂ ਦੇ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਟੈਲੀਗ੍ਰਾਮ ਦੇ ਵਿੱਚ ਜੀਕੇ ਫੈਕਟਸ ਜੋ ਗਰੁੱਪ ਹੈ ਇਸ ਨੂੰ ਓਪਨ ਕਰੋਗੇ ਇਸ ਦੇ ਉੱਤੇ ਕਲਿੱਕ ਕਰ ਲਿਓ ਉਸ ਤੋਂ ਬਾਅਦ ਫਾਈਲਸ ਵਿੱਚ ਚਲੇ ਜਾਓ ਆ ਦੇਖ ਲਓ ਫਾਈਲਸ ਫਾਈਲਸ ਵਿੱਚ ਜਾ ਕੇ ਇੱਥੇ نیچے ਦੇਖਿਓ ਆ ਤੁਹਾਨੂੰ ਸਿਲੇਬਸ ਮਿਲ ਜੇਗਾ ਆ ਦੇਖ ਲਓ ਆ ਜੂਨ ਦੇ ਵਿੱਚ ਮੈਂ ਸਿਲੇਬਸ ਪਾਇਆ ਹੋਇਆ ਏ ਠੀਕ ਹੈ ਜੋ ਆ ਆਂਗਣਵਾੜਾਈ ਸੁਪਰਵਾਈਜ਼ਰ ਦਾ ਠੀਕ ਹੈ ਆ ਪੀਡੀਐਫ ਡਾਊਨਲੋਡ ਕਰ ਲਿਓ ਸਿਲੇਬਸ ਇੱਕ ਵਾਰੀ ਦੇਖ ਲਓ ਤੁਸੀਂ ਠੀਕ ਹੈ 15 ਨੰਬਰ ਦਾ ਤੁਹਾਨੂੰ ਇੰਡੀਆ ਤੇ ਪੰਜਾਬ ਦੀ ਜੀਕੇ ਆਉਣੀ ਹੈ ਉਸ ਤੋਂ ਬਾਅਦ 15 ਦਾ ਮੈਥ ਹੋਣਾ 10 ਦੀ ਰੀਜ਼ਨਿੰਗ ਆਉਣੀ ਹੈ ਲੈਂਗੁਏਜ ਇੰਗਲਿਸ਼ ਪੰਜਾਬੀ 20 ਦੀ ਇਨਫੋਰਮੇਸ਼ਨ ਟੈਕਨੋਲੋਜੀ ਕੰਪਿਊਟਰ 10 ਦਾ ਪੰਜਾਬ ਹਿਸਟਰੀ ਐਂਡ ਕਲਚਰ 10 ਦਾ ਉਸ ਤੋਂ ਬਾਅਦ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦਾ ਬੀ ਨੰਬਰ ਦਾ ਪਾਰਟ ਆਉਣਾ ਸਾਰਿਆਂ ਦੀ ਤਿਆਰੀ ਤੁਹਾਨੂੰ ਕਰਵਾ ਦੇਣੀ ਹੈ ਠੀਕ ਹੈ ਤੁਸੀਂ ਟੈਨਸ਼ਨ ਨਹੀਂ ਲੈਣੀ ਬਸ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹੁਣ ਆਂਗਣਵਾੜੀ ਸੁਪਰਵਾਈਜ਼ਰ ਦੀ ਹੀ 바ਰੀ ਹੈ ਇਸ ਦੀ ਜੋ ਪੇਪਰ ਦੀ ਡੇਟ ਆ ਉਹ ਜਲਦੀ ਆ ਜਾਣੀ ਹੈ ਠੀਕ ਹੈ ਹੋਰ ਸਾਰੇ ਪੇਪਰ ਜਿੰਨੇ ਵੀ ਪੀਟਰ ਪਲੱਸ ਬੀ ਬੋਰਡ ਨੇ ਭਰਤੀਆਂ ਕੱਢੀਆਂ ਸੀ ਲਗਭਗ ਸਾਰੇ ਲੈ ਲਏ ਇੱਕ ਦੋ ਪੇਪਰ ਨੂੰ ਛੱਡ ਕੇ ਠੀਕ ਹੈ ਨਵੇਂ ਨੋਟੀਫਿਕੇਸ਼ਨ ਵੀ ਆਉਣੇ ਆ ਕਲਰਕਾਂ ਦੀਆਂ ਪੋਸਟਾਂ ਦੇ ਨੋਟੀਫਿਕੇਸ਼ਨ ਵੀ ਕੱਢਣੇ ਆ ਸੋ ਇਸ ਵਾਰ ਤੀਨ ਨੂੰ ਹੁਣ ਕੰਪਲੀਟ ਕੀਤਾ ਜਾਣਾ ਹੈ ਪੇਪਰ ਇਸ ਦਾ ਲਿਆ ਜਾਣਾ ਹੈ ਸੋ ਮੈਂ ਤੁਹਾਨੂੰ ਦੱਸਦਾ ਕਿ ਕਿਹੜੀ ਕਿਹੜੀ ਡੇਟ ਨੂੰ ਤੁਹਾਡਾ ਪੇਪਰ ਹੋ ਸਕਦਾ ਹੈ ਠੀਕ ਹੈ ਮੇਰੇ ਸਾਹਬ ਨਾਲ ਤੁਸੀਂ ਮੰਨ ਕੇ ਚੱਲੋ ਕਿ ਤੁਹਾਡੇ ਕੋਲ ਘੱਟ ਹੀ ਦਿਨ ਹੈ 15 ਜਾਂ 20 ਦਿਨ ਹੀ ਹੈ ਤੁਹਾਡੇ ਕੋਲ ਸਟੱਡੀ ਕਰਨ ਲਈ ਸੋ ਸਾਰੇ ਜਾਣੇ ਆਪਣੀ ਤਿਆਰੀ ਸ਼ੁਰੂ ਕਰ ਦਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਟੈਲੀਗ੍ਰam ਜ਼ਰੂਰ ਜੁਆਇਨ ਕਰਿਓ ਧੰਨਵਾਦ